ਇਸ ਵਾਰ ਫਿਲੀਪੀਨਸ ਦੇ ਵਿੱਚ ਵੱਡਾ ਪੁਚਾਲ ਆਇਆ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਸ਼ਨੀਵਾਰ ਸ਼ਾਮ ਨੂੰ ਫਿਲੀਪੀਨਸ ਦੇ ਵਿੱਚ 7.6 ਤੀਬਰਤਾ ਦੇ ਨਾਲ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਇਸ ਤੋਂ ਬਾਅਦ ਸੁਨਾਮੀ ਦੀ ਵਾਰਨਿੰਗ ਵੀ ਜਾਰੀ ਕਰ ਦਿੱਤੀ ਗਈ ਹੈ ਇਹ ਜਾਣਕਾਰੀ ਯੂਰੋਪੀਅਨ ਮੈਂਡਰੀਅਨ ਸੈਂਟਰ ਤੋਂ ਦਿੱਤੀ ਗਈ ਹੈ ਪੁਚਾਲ ਦੀ ਗਹਿਰਾਈ ਜ਼ਮੀਨ ਦੇ ਵਿੱਚ 63 ਕਿਲੋਮੀਟਰ ਥੱਲੇ ਮਾਪੀ ਗਈ ਹੈ ਪਿਛਲੇ ਮਹੀਨੇ ਵੀ ਇੱਥੇ 6.7 ਤੀਬਰਤਾ ਦੇ ਨਾਲ ਪੁਚਾਲ ਆਇਆ ਸੀ ਜਿਸ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਮੀਡੀਆ ਸੂਤਰਾਂ ਦੇ ਮੁਤਾਬਕ ਫਿਲੀਪਿਨਸ ਦੇ ਵਿੱਚ ਮੌਸਮ ਵਿਭਾਗ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ 6.1, 5.1 ਅਤੇ 5.7 ਤੀਬਰਤਾ ਦੇ ਨਾਲ ਆਫਟਰਨ ਸ਼ੌਕਸ ਵੀ ਆ ਸਕਦੀਆਂ ਨੇ ਹੁਣ ਤੱਕ ਕਿਸੇ ਵੀ ਵੱਡੇ ਨੁਕਸਾਨ ਦੀ ਖਬਰ ਨਹੀਂ ਮਿਲ ਗਿਆ ਤੇ ਲੋਕ ਵੀ ਇਹੀ ਅਰਦਾਸਾਂ ਕਰਦੇ ਪਏ ਨੇ ਕਿ ਸਭ ਕੁਝ ਠੀਕ ਠਾਕ ਰਹੇ న్యూਸ ਏਜੰਸੀ ਦੇ ਮੁਤਾਬਕ ਦੇਰ ਰਾਤ ਜਾਰੀ ਰਿਪੋਰਟਸ ਮੁਤਾਬਕ ਫਿਲਮ ਪੀਸ ਦੇ ਵਿੱਚ 6.7 ਤੀਬਰਤਾ ਦੇ ਨਾਲ ਪੁਚਾਰ ਦੇ ਝਟਕੇ ਅਤੇ ਸੁਨਾਮੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜਾਪਾਨ ਸਰਕਾਰ ਨੇ ਵੀ ਰੈਸਕਿਊ ਟੀਮਾਂ ਨੂੰ ਸਤਰਕ ਰਹਿਣ ਦੀ ਗੱਲ ਆਖੀ ਹੈ ਜਾਪਾਨ ਨੇ ਪੱਛਮੀ ਕਿਨਾਰੇ ਤੇ ਤਿੱਖੀ ਨਜ਼ਰ ਰੱਖੀ ਹੋਈ ਹੈ ਇਹ ਸਭ ਦੇ ਵਿੱਚ ਇਕਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਲਗਾਤਾਰ ਪੁਚਾਰ ਦੇ ਝਟਕੇ ਆਉਂਦੇ ਪਏ ਨੇ ਇੱਕ ਪਾਸੇ ਲੋਕ ਅਰਦਾਸਾਂ ਤੇ ਦੂਸਰੇ ਪਾਸੇ ਖੌਫ ਤੇ ਮਾਹੌਲ ਦੇ ਵਿੱਚ ਬਣੇ ਹੋਏ ਨੇ ਕਿਉਂਕਿ ਐਡੇ ਵੱਡੇ ਭੱਦਰ ਦੇ ਰਿਕਟਰ ਪੈਮਾਨੇ ਤੇ ਪੁਚਾਲ ਆਉਣਾ ਕੋਈ ਨਿੱਕੀ ਗੱਲ ਨਹੀਂ ਸੋਚ ਸਕਦੇ